हाँ है कि मेरे नाना जी होते हो तो यूट्यूब पे फील पूरा कर रहा जी। आप बीबी दे ताया जी ने आ मेरे मदर में आप बीबी दा चाचा की नाम है ਤੁਹਾਡਾ ਹਰਪਾਲ ਕੌਰ माता जी एक नवी फिल्म आई है सैम बहादुर ते ओदे विच मानिक शाह जेड़े हैगे ने उन्हां दा रोल अदा कीता है विक्की कौशल ने हां जी सो जेड़े उन्हां दी जान बचाउंदे सी ओ की लगदे सी तुहाडे ते किवें तुहानूं पता लगदा मेरा पिता जी सी मेहर सिंह नाम सी असी उत्थे जदों सियालकोट सी इकट्ठे रहिंदे सी मानिक शाह ते छेरी बीबी असी दोनों खेलदियां सी छेरी बीबी मेरे हां दी आ मानक शाह की लड़की जड़ी बड़ी है छोटी वो उद्दू छोटी है वो वह ज़्यादा हुई है जो मैं टैलीफोन आया सी इतों बंबे तो बी अभी अभी हरपाल कौर बी एक लड़की और आ गई हाँ जिसको आप ये भी कहा जिसको आप कुड़ी बोलते हैं ना वो भी ना ही कहता जिसको आप कुड़ी बोलते हैं वो लड़की मेरे पास आ गई अभी दो हो गया कि शेरी बीबी ਤਾਤੇ ਜੀ ਤੇਰੇ ਨਾਲ ਦੀ ਸੀ ਸ਼ੇਰੀ ਬੀਬੀ ਅਤੇ ਤੂੰ ਹਰਪਾਲ ਕੌਰ ਇੱਕ ਸ਼ੇਰੀ ਬੀਬੀ ਇੱਕ ਹਰਪਾਲ ਕੌਰ ਇੱਕ ਹੋਰ ਆ ਗਈ ਤੁਹਾਡੇ ਪਿਤਾ ਜੀ ਸੀਗੇ ਜਿਹੜੇ ਉਹਨਾਂ ਨੇ ਕਿੰਨਾ ਟਾਈਮ ਕੰਮ ਕੀਤਾ 16 ਸਾਲ ਸਵਾ ਸਾਲ ਇਕੱਠੇ ਰਹੇ 16 ਸਾਲ 16 ਸਾਲ ਕਿਹੜੀ ਕਿਹੜੀ ਲੜਾਈ ਦੇ ਵਿੱਚ ਤੁਹਾਨੂੰ ਯਾਦ ਹੈ ਕੁਛ ਇਹ ਨਹੀਂ ਮੈਂ ਛੋਟੀ ਸੀ ਮੈਂ 8 ਸਾਲ ਦੀ ਸੀ 8 ਸਾਲ ਦੀ ਸੀ ਮੈਂ ਛੋਟੀ ਸੀ ਤੇ ਹੁਣ ਜ਼ਿਕਰ ਜਿਹੜਾ ਆ ਰਿਹਾ ਫਿਲਮ ਦੇ ਵਿੱਚ ਗੱਲਬਾਤ ਹੋ ਰਹੀ ਹੈ ਤੇ ਤੁਹਾਡੇ ਨਾਲ ਕੋਈ ਮੁਲਾਕਾਤ ਵੀ ਕਰਨਾ ਆਇਆ ਸੀ ਗੱਲਬਾਤ ਕਰਨ ਆਇਆ ਸੀ ਤੁਹਾਡੇ ਨਾਲ ਕੋਈ ਨਹੀਂ ਹੁਣ ਤੱਕ ਵੀ ਨਹੀਂ ਕੋਈ ਨਹੀਂ ਕਿਸੇ ਨੇ ਗੱਲ ਕੀਤੀ ਕੋਈ ਗੱਲ ਨਹੀਂ ਤੇ ਅੰਮ੍ਰਿਤਸਰ ਰਹਿੰਦੇ ਸੀ ਤੁਸੀਂ ਕਿੱਥੇ ਰਹਿੰਦੇ ਸੀਗੇ ਅਸੀਂ ਸਿਆਲਕੋਟ ਵੀ ਇਕੱਠੇ ਰਹੇ ਹਾਂ ਤੇ ਅੰਮ੍ਰਿਤਸਰ ਵੀ ਰਹੇ ਤੇ ਕਿੰਨਾ ਟਾਈਮ ਡਿਊਟੀ ਨਾਲ ਰਹੀ ਉਹਨਾਂ ਦੀ ਜਿਹੜੀ ਮਾਨਸ਼ਾ ਨਾਲ ਹੀ ਰਹੇ ਨੇ 16 ਸਾਲ 16 ਸਾਲ ਨਾਲ ਹੀ ਰਹੇ ਨੇ ਤੇ ਕਹਿੰਦੇ ਵੀ ਜਾਨ ਜਿਹੜੀ ਉਹਨਾਂ ਨੇ ਬਚਾਈ ਸੀ ਤੁਹਾਡੇ ਬਾਪੂ ਜੀ ਨੇ ਸੋ ਕਿਵੇਂ ਜਾਨ ਬਚਾਈ ਸੀ ਉਹਦੇ ਬਾਰੇ ਦੇਖੋ ਨਾ ਜਦੋਂ ਬਾਪੂ ਜੀ ਨੇ ਕਿਹਾ ਇਹ ਇੱਕ ਮੋਰਚੇ 'ਚ ਬੈਠੇ ਸੀ ਮੋਰਚਾ ਤਾਂ ਤੁਹਾਨੂੰ ਪਤਾ ਹੀ ਹੋਣਾ ਹੇਠਾਂ ਪੱਟੇ ਹੁੰਦੇ ਆ ਜੀ ਤੇ ਬਾਪੇ ਸਾਹਿਬ ਜੀ ਦਾ ਸੀ ਸਿਰਗਟ ਇਹ ਸਾਹਿਬ ਬਾਪੂ ਜੀ ਨੂੰ ਕਹਿੰਦੇ ਮੇਰ ਸਿੰਘ ਸਿਰਗਟ ਲਾਓ ਬਾਪੂ ਜੀ ਕਹਿੰਦੇ ਨਹੀਂ ਸਾਹਿਬ ਸਿਰਗਟ ਨਹੀਂ ਲਾਉਣੀ ਮੁੱਟੇ ਦੁਸ਼ਮਣ ਫਿਰਦੇ ਆ ਉਹ ਆਪਣੇ ਫੈਲ ਲਾਉਣਗੇ ਦੇਖ ਕੇ ਆਪ ਮੋਰਚੇ 'ਚ ਮਾੜਾ ਮੋਟਾ ਜਿਹਾ ਨਹੀਂ ਮੇਹਰ ਸਿੰਘ ਤੁਸੀਂ ਲਾ ਦਿਓ ਸਿਰਗਟ ਹੁਣ ਉਹ ਲਾਉਣੀਆਂ ਸੀਗੀ ਉਹਨਾਂ ਨੇ ਸਿਰਗਟ ਲਾ ਤੀ ਉਹ ਆਏ ਬੈਠੇ ਸੀਗੇ ਜਿਵੇਂ ਆਮ ਗੋਗੀ ਬੈਠਾ ਅਤੇ ਉਹਨਾਂ ਨੇ ਸਿਰਗਟ ਲਾਏ ਸਿਰਗਟ ਮੈਂ ਉਹਨੇ ਸਾਹਮਣੇ ਆਏ ਸਿਰਗਟ ਕੀਤੀ ਤਾਂ ਆਪ ਮੋਰਚ ਫਿਰ ਉਹਨਾਂ ਨੇ ਚਾਰ ਫੈਰ ਮਾਰਤੀ ਚਾਰ ਇਹੀ ਗੋਲੀਆਂ ਇਹਦੇ ਲੱਗੀਆਂ ਮਾਨਕ ਸ਼ਾਹ ਦੀ ਬੱਖੀ ਦੇ ਵਿੱਚ ਅਤੇ ਬਸ ਫਿਰ ਡਿੱਗ ਪਿਆ ਫਿਰ ਬਾਪੂ ਜੀ ਨੇ ਚੱਕ ਲਿਆ ਚੱਕ ਕੇ ਪਾਲਿਆ ਪੱਗ ਬੰਨੀ ਪਤਾ ਨਹੀਂ ਕੀ ਕੁਛ ਬੰਨਿਆ ਹੁਣ ਕੱਪੜੇ ਆਪਦੇ ਪਾੜਦੇ ਸੀਗੇ ਸਾਰੇ ਫਿਰ ਰਸਤੇ 'ਚ ਆਉਂਦੀ ਇੱਕ ਮਾਈ ਨੇ ਦੋ ਚਾਦਰਾਂ ਦਿੱਤੀਆਂ ਉਹ ਉੱਤੇ ਨੇ ਬਾਪੂ ਜੀ ਕਿੰਨੇ ਕਿਲੋਮੀਟਰ ਲੈ ਕੇ ਆਏ ਆਪਣੇ ਮੋਢੇ 'ਤੇ ਚੱਕ ਕੇ ਇਹ 12 ਮੀਲ 12 ਮੀਲ ਹਾਂ 12 ਮੀਲ ਕਿੰਨੇ ਤਗੜੇ ਸੀ ਬਾਪੂ ਜੀ ਤੁਹਾਡੇ ਬਾਪੂ ਜੀ ਮੇਰੇ ਬਹੁਤ ਜਵਾਨ ਸੀ 6 ਫੁੱਟ ਤੋਂ ਉੱਤੇ ਕੱਦਾ ਉਹਨਾਂ ਦਾ ਬਾਪੂ ਜੀ ਮੇਰੇ ਬਹੁਤ ਜਵਾਨ ਸੀਗੇ ਉਹ ਵੀ ਸਿਹਤ ਬਹੁਤ ਵਧੀਆ ਸੀ ਤਗੜੇ ਸੀ ਹਾਂ ਤਗੜੇ ਸੀਗੇ ਬਾ ਇਹ ਸਾਹਿਬ ਤਾਂ ਬਹੁਤ ਨਿਆਣਾ ਜਿਹਾ ਸੀ ਨਾਲੇ ਸਾਹਿਬ ਨੂੰ ਤਾਂ ਇਹ ਨਾ ਬਾਪੂ ਜੀ ਨੂੰ ਕਹਿੰਦਾ ਸੀ ਵੀ ਜਾਣਾ ਨਹੀਂ ਬਹੁਤ ਜੋਰਦਾਰ ਸਾਹਿਬ ਤੁਹਾਡੇ ਘਰ ਵੀ ਆਉਂਦੇ ਜਾਂਦੇ ਸੀ ਮਾਨਕ ਸ਼ਾਹ ਕਦੇ ਘਰ ਆਏ ਤੁਹਾਡੇ ਘਰ ਆਏ ਨਹੀਂ ਘਰ ਮੇਰੇ ਤੋਂ ਕਹਿ ਨਹੀਂ ਹੋਇਆ ਜਦੋਂ ਆਏ ਨੇ ਨਾ ਇੱਥੇ ਜਦੋਂ ਮੈਂ ਜਿਹੜੀ ਫੋਟੋ ਮੇਰੀ ਉਹ ਹੈਗੀ ਉਹ ਜਿਮ ਖਾਨੇ ਦੀ ਜਦੋਂ ਜਿਵੇਂ ਕਹਿਣ ਦੀ ਘਰੇ ਵੀ ਆ ਜਾਂਦੇ ਉਹਨਾਂ ਨੂੰ ਇਹੋ ਜਿਹਾ ਨਹੀਂ ਸਿਆਲਕੋਟ ਆਉਂਦੇ ਸੀ ਘਰ ਜਿੱਥੇ ਹਾਂ ਸਿਆਲਕੋਟ ਸਾਡੇ ਘਰੇ ਆਉਂਦੇ ਸੀ ਘਰੇ ਆਉਂਦੇ ਸੀ ਤੁਹਾਨੂੰ ਮਿਲਦੇ ਸੀ ਤੁਹਾਨੂੰ ਯਾਦ ਹੈ ਉਹਨਾਂ ਦਾ ਹਾਂ ਹਾਂ ਜਿਹੜਾ ਯਾਦ ਆ ਉਹ ਖਾਣਾ ਵੀ ਖਾ ਕੇ ਜਾਂਦੇ ਸੀ ਸਾਗ ਨਾਲ ਮੱਕੀ ਦੀ ਰੋਟੀ ਜਿੱਦਣ ਬਣਾਈ ਹੁੰਦੀ ਸੀ ਨਾ ਅਤੇ ਮੈਂ ਅਤੇ ਸ਼ੇਰੀ ਬੀਬੀ ਇਕੱਠੀਆਂ ਖੇਲਦੀਆਂ ਸੀ ਅਤੇ ਮੈਂ ਕਹਿਣਾ ਸਾਹਿਬ ਅੱਜ ਉਹ ਸਾਗ ਅੱਛਾ ਪਸੰਦ ਕਰਦੇ ਸੀ ਹਾਂ ਫਿਰ ਕਹਿਣਾ ਮੈਂ ਕਿਹਾ ਮੂਲੀ ਉਹ ਐਸੇ ਲੰਬੀ ਜਿਹੀ ਚਿੱਟੀ ਕਹਿਣਾ ਅੱਛਾ ਅਬ ਫਿਰ ਖਾਣਾ ਉੱਧਰ ਹੀ ਖਾਏ ਮੈਂ ਕਿਹਾ ਹਾਂਜੀ ਉੱਧਰ ਹੀ ਖਾਏ ਨਾਲੇ ਉਹ ਤਾਂ ਮੇਰੇ ਨਾਲ ਹੀ ਖਾ ਲੈਂਦੇ ਸੀ ਅੱਛਾ ਤੁਹਾਨੂੰ ਕਦੋਂ ਪਤਾ ਲੱਗਾ ਵੀ ਉਹਨਾਂ 'ਤੇ ਫਿਲਮ ਬਣ ਰਹੀ ਕਦੋਂ ਪਤਾ ਲੱਗਾ ਤੁਹਾਨੂੰ ਕਦੋਂ ਫਿਲਮ ਦਾ ਤਾਂ ਮੈਨੂੰ ਕੋਈ ਪਤਾ ਨਹੀਂ ਲੱਗਾ ਮੈਂ ਜਵਾਕਾਂ ਨੇ ਬਾਹਰ ਸਾਡੇ ਮੇਰੀ ਬੱਚਿਆਂ ਨੇ ਦੱਸਿਆ ਬੱਚਿਆਂ ਪੋਤਿਆਂ ਨੇ ਦੱਸਿਆ ਪੋਤਿਆਂ ਨੇ ਦੱਸਿਆ ਹਾਂ ਯਾਦਾਂ ਤਾਜ਼ੀਆਂ ਹੋ ਗਈਆਂ ਪੁਰਾਣੀਆਂ ਹਾਂ ਹੁਣ ਕਿੰਨੀ ਉਮਰ ਹੈ ਤੁਹਾਡੀ 90 ਦੀ ਹੋਊ 90 ਸਾਲ ਦੀ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਬਲਜੀਤ ਸਿੰਘ ਬਲਜੀਤ ਜੀ ਇੱਕ ਫਿਲਮ ਆ ਰਹੀ ਹੈ ਉਸਦੇ ਵਿੱਚ ਜ਼ਿਕਰ ਤੁਹਾਡੇ ਨਾਨਾ ਜੀ ਦਾ ਆ ਰਿਹਾ ਕੀ ਤੁਹਾਡੇ ਨਾਨਾ ਜੀ ਦਾ ਨਾਮ ਸੀਗਾ ਥੋੜ੍ਹਾ ਜਿਹਾ ਦੱਸੋਗੇ ਮੇਰੇ ਨਾਨਾ ਜੀ ਦਾ ਨਾਮ ਮੇਹਰ ਸਿੰਘ ਆ ਜੀ ਮੇਹਰ ਸਿੰਘ ਹਾਂਜੀ
और किन्ना दे नाल उन्होंने काम किया, किस तरीके की जी उन्होंने लड़ाई के योगदान दिया? नहीं, उन्होंने तो माणक शाह के नाल सीगे, माणक शाह के नाल वो सीगे, वो मोर्चे च कट्ठे सी, उन्होंने माणक शाह के लग गया गोलियां, गोली लगी करके फिर यह उन्होंने लैके भजे सीगे 14 मील। माणक शाह ने वह फिल्म के बेच उन्होंने वो सानू दिखाया भी आ, सानू आपदे आप खुशी बहुत महसूस होंगी आ भी नाना जी का रोल किसी एक्टर ने किया, साढ़े रोशन हो गए साढ़े करके सू बड़ी ज्यादा खुशी आ। फिर असी माता दसिया कल बच्चों ने बहरों सानू तो मूवी भेजी आ भी आह देखो भी नाना जी मेहर सिंह का नाम लिया, ये करके सू खुशी बहुत महसूस। लड़ाई को वर्ल्ड वार ही माता जी ने दसिया तू सारिया गल्लां पुरानियां दसियां इतिहास बारे दसोंगे? इतिहास हुण ते असी तो मेरे गल सुण जदों दा मैं तो माणक शाह उदों देखे ने जदों इत्थे 72 च आए मैं नहीं मैं उदों मिले। माता जी ने दसिया भी माता जी भी छोटी उम्र दे सी? हाँ जी, वो भी ये भी उदों 8-9 साल दे सीगे, पहलां दी जिवें सियाणे दसदे हुंदे कहां बच्चिआं नूं भी आह अपनी विरासत आ भी तुहाडे नाना जी इन्ने तकड़े सी एडा कद काठ सीगा। हाँ जी, अजे तो फिल्म असी तो देख के आनी है, बच्चों ने क्लिप भेजे ने, हाँ फिल्म तो देख के आनी है। नाना जी की तुहाडे नाल कोई गलबात नहीं? नाना जी तो 47 च मर गए ने, साडा तो मेरा तो जन्म ही 62 था।